ਦੀ ਵੈਕਸੀਨ ਨੂੰ ਨਿੱਜੀ ਹਸਪਤਾਲਾਂ ਨੂੰ ਵੇਚਣ ਦਾ ਮਾਮਲਾ ਲਗਾਤਾਰ ਤੁਲ ਫੜਦਾ ਜਾ ਰਿਹਾ ਹੈ ਅਤੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਹੁਣ ਸੂਬਾ ਸਰਕਾਰ ਆ ਗਈ ਹੈ। ਅਕਾਲੀ ਦਲ ਦੇ ਪ੍ਰਧਾਨ ਪਹਿਲਾਂ ਹੀ ਇਸ ਮਾਮਲੇ ਤੇ ਪ੍ਰੈਸ ਕਾਨਫਰੰਸ ਕਰ ਚੁੱਕੇ ਨੇ ਅਤੇ ਹੁਣ ਸੁਖਬੀਰ ਬਾਦਲ ਦੀ ਅਗਵਾਈ 'ਚ ਕੱਲ੍ਹ ਚੰਡੀਗੜ੍ਹ ਵਿਖੇ ਅਕਾਲੀ ਦਲ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਅਸਤੀਫੇ ਦੀ ਮੰਗ ਕੀਤੀ ਜਾਵੇਗੀ, ਜਿਸ ਸੰਬੰਧੀ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਜਾਣਕਾਰੀ ਸਾਂਝੀ ਕੀਤੀ ਹੈ। ਦੇਖੋ, ਅਕਾਲੀ ਦਲ ਇਹ ਮਹਿਸੂਸ ਕਰਦਾ ਕਿ ਇਹ ਜਿਹੜਾ ਕਾਲਾ ਬਾਜ਼ਾਰੀ ਹੈ, ਇਹ ਪ੍ਰਾਈਵੇਟ ਵਪਾਰੀ ਤਾਂ ਕਰਦੇ ਦੇਖੇ ਸੀ। ਸਰਕਾਰ ਪਹਿਲੀ ਵਾਰ ਕਾਂਗਰਸ ਦੀ ਦੇਖੀ ਹੈ ਕਿ ਇਹ ਮਹਾਮਾਰੀ ਦੇ ਦੌਰਾਨ ਵੀ ਵੈਕਸੀਨ ਵਿੱਚ ਨੋਟ ਕਮਾਉਣ ਦੀ ਦੌੜ 'ਚ ਲੱਗੀ ਹੋਈ ਹੈ। ਐਂਡ ਉਦੋਂ ਵੱਡੀ ਬਦਕਿਸਮਤੀ ਜਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਨੰਗੀ ਕੀਤੀ, ਜਗ ਜ਼ਾਹਰ ਕੀਤੀ, ਤਾਂ ਮੰਤਰੀ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਗਾ ਕਿਹਨੇ ਕੀਤੀ ਹੈ। ਜਿਹਨੇ ਕੀਤੀ ਹੈ ਉਹਦੇ 'ਤੇ ਐਕਸ਼ਨ ਲਵਾਂਗੇ। ਕਿੱਡੀ ਵੱਡੀ ਇਸ ਗੱਲ 'ਤੇ ਤੁਸੀਂ ਸਮਝਦੇ ਹੋ ਕਿ ਸਰਕਾਰ ਦੀ ਫੇਲੋਰ ਹੈ ਕਿ ਮੰਤਰੀ ਆਪਣੇ ਮਹਿਕਮੇ ਬਾਰੇ ਕਹਿ ਰਿਹਾ ਕਿ ਮੈਨੂੰ ਪਤਾ ਹੀ ਨਹੀਂ। ਜੇ ਨਹੀਂ ਪਤਾ ਤਾਂ ਵੀ ਮੰਤਰੀ ਕਾਬਲ ਨਹੀਂ, ਅਤੇ ਜੇ ਉਹਦੀ ਮਰਜ਼ੀ ਨਾਲ ਹੋ ਰਿਹਾ ਤਾਂ ਫਿਰ ਉਹ ਤੋਂ ਬਿਨਾਂ ਦੋਨਾਂ ਗੱਲਾਂ ਹਾਲਤਾਂ ਜੀ ਉਹ ਦੋਸ਼ੀ ਨੇ। ਅਤੇ ਸ਼੍ਰੋਮਣੀ ਅਕਾਲੀ ਦਲ ਕੱਲ੍ਹ ਚੰਡੀਗੜ੍ਹ ਇਸ ਗੱਲ ਦੇ ਲਈ ਪ੍ਰੋਟੈਸਟ ਕਰ ਰਿਹਾ 11 ਤੋਂ 1 ਤੱਕ। ਸਰ, ਜਿਸ ਤਰ੍ਹਾਂ ਭਾਜਪਾ ਵੱਲੋਂ ਵੀ ਜਿਹੜਾ ਅਸਤੀਫਾ ਦੀ ਮੰਗ ਕੀਤੀ ਗਈ ਹੈ ਬਲਬੀਰ ਸਿੰਘ ਸਿੱਧੂ ਦੇ, ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਉਹਨਾਂ ਦੇ ਘਰ ਦਾ ਘਿਰਾਓ ਕੀਤਾ ਗਿਆ, ਕਿਸ ਤਰ੍ਹਾਂ ਦਾ ਪ੍ਰਦਰਸ਼ਨ ਰਹੇਗਾ ਕਿਉਂਕਿ ਪਹਿਲਾਂ ਵੀ ਜਿਹੜੇ ਸਵਾਲ ਜਿਹੜੇ ਕੀਤੇ ਗਏ ਸੀ ਅਕਾਲੀ ਦਲ ਵੱਲੋਂ, ਹੁਣ ਕਿਸ ਤਰ੍ਹਾਂ ਦਾ ਜਿਹੜਾ ਪ੍ਰਦਰਸ਼ਨ? ਦੇਖੋ, ਅਕਾਲੀ ਦਲ ਇਸ ਗੱਲ ਦਾ ਖਿਆਲ ਰੱਖੂਗਾ ਕਿ ਇਹ ਕੋਰੋਨਾ ਮਹਾਮਾਰੀ ਦਾ ਸਮਾਂ ਹੈਗਾ, ਅਸੀਂ ਜਿਹੜਾ ਹੈਗਾ ਚੁਣਿੰਦਾ ਰਿਪ੍ਰੈਜੈਂਟੇਟਿਵ ਆ ਜਿਹੜੇ ਸੀਨੀਅਰ ਲੀਡਰਸ਼ਿਪ ਦਾ, ਉਹਨਾਂ ਦੀ ਹੀ ਉੱਥੇ ਇਕੱਠ ਕਰਾਂਗੇ ਤਾਂ ਕਿ ਬਹੁਤ ਵੱਡੀ ਭੀੜ ਨਾ ਕੋਈ ਜੁਟੇ ਉੱਥੇ ਜਿਹਦੇ ਨਾਲ ਇਹ ਕੋਰੋਨਾ ਮਹਾਮਾਰੀ ਦੇ ਨਿਯਮਾਂ ਦੀ ਉਲੰਘਣਾ ਹੋਵੇ। ਮੁੱਖ ਮੰਗ ਮੰਤਰੀ ਤੇ ਐਕਸ਼ਨ ਤੁਰੰਤ ਬਰਖਾਸਤ ਕੀ। ਸਬਸਕ੍ਰਾਈਬ ਟੂ ਆਵਰ ਯੂਟਿਊਬ ਚੈਨਲ ਨਿਊਜ਼ DNN ਬਾਈ ਕਲਿਕਿੰਗ ਦ ਬੈਲ ਆਈਕਨ। ਡੋਂਟ ਫੋਰਗੇਟ ਟੂ ਲਾਈਕ, ਕਮੈਂਟ ਐਂਡ ਸ਼ੇਅਰ।